ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਚੱਲਦੇ ਹਾਂ ਜਲੰਧਰ, ਜਿੱਥੋਂ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਐਕਸਿਸ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਗੋਲੀ ਚਲਾ ਦਿੱਤੀ ਹੈ। ਇਹ ਗੋਲੀ ਕਿਉਂ ਚਲਾਈ ਗਈ, ਕੀ ਹੈ ਸਾਰਾ ਮਸਲਾ, ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਹੈ ਜੀ ਜਲੰਧਰ ਤੋਂ ਨਰਿੰਦਰ ਗੁਪਤਾ ਜੀ, ਉਹਨਾਂ ਤੋਂ ਲੈਂਦੇ ਹਾਂ ਪੂਰੀ ਜਾਣਕਾਰੀ। ਕੀ ਹੈ ਸਾਰਾ ਮਾਮਲਾ, ਜਿਹੜੀ ਗੋਲੀ ਚੱਲੀ ਹੈ ਉੱਥੇ? ਹਾਂਜੀ ਸੋਢੀ ਜੀ, ਆਪਣਾ ਜਲੰਧਰ ਦੇ ਡੀਸੀ ਕੰਪਲੈਕਸ ਦੇ ਸਾਹਮਣੇ ਐਕਸਿਸ ਬੈਂਕ ਹੈਗਾ, ਜਿੱਥੇ ਐਕਸਿਸ ਬੈਂਕ ਦੇ ਕਰਮਚਾਰੀ ਵੱਲੋਂ ਜਿਹੜੀ ਆ ਗੋਲੀ ਚਲਾਉਣ ਦੀ ਖਬਰ ਸਾਡੇ ਸਾਹਮਣੇ ਆਈ ਹੈ। ਜੀ। ਔਰ ਇਹ ਜਿਹੜੀ ਗੋਲੀ ਹੈ ਕੈਸ਼ਮੈਨ ਆਈ ਸੀ ਐਕਸਿਸ ਬੈਂਕ ਦੇ ਏਟੀਐਮ ਦੇ ਵਿੱਚ ਕੈਸ਼ ਪਾਉਣ ਵਾਸਤੇ। ਜੀ। ਔਰ ਕੈਸ਼ ਪਾਉਂਦੇ ਜਿਹੜਾ ਉਹਨਾਂ ਦਾ ਸਿਕਿਉਰਿਟੀ ਗਾਰਡ ਹੈ ਜੀ, ਉਹ ਜਦੋਂ ਉੱਥੇ ਬੈਠਾ ਸੀ ਖਾਣਾ ਖਾਣ ਵਾਸਤੇ ਜੀ, ਤੇ ਜਿਹੜੀ ਬੰਦੂਕ ਹੈ ਉਹਦੇ ਕੋਲੋਂ ਡਿੱਗਣ ਕਰਕੇ ਜਿਹੜੀ ਹੈ ਅਚਾਨਕ ਗੋਲੀ ਚੱਲ ਗਈ ਜੀ। ਔਰ ਇਹ ਜਿਹੜੀ ਗੋਲੀ ਹੈ ਕਈਆਂ ਨੂੰ ਜਦੋਂ ਇਹਦੇ ਸ਼ਰਵੇ ਲੱਗੇ ਵੀ ਹੈਗੇ ਆ ਜੀ। ਨਰਿੰਦਰ ਜੀ, ਕਿੰਨੇ ਵਿਅਕਤੀ ਜ਼ਖਮੀ ਹੋਏ ਇਸ ਗੋਲੀ ਵਿੱਚ? ਹਾਂਜੀ, ਇਹ ਜਿਹੜੀ ਗੋਲੀ ਚੱਲੀ ਹੈ ਇਹਦੇ ਵਿੱਚ 2 ਵਿਅਕਤੀਆਂ ਨੂੰ ਜਿਹੜਾ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ। ਜੀ ਜੀ। ਔਰ ਪੁਲਿਸ ਜਿਹੜੀ ਹੈ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਕਿ ਗੋਲੀ ਕਿੱਦਾਂ ਚੱਲੀ ਹੈ ਔਰ ਕੀ ਇਹਦੇ ਕਾਰਨ ਕੀ ਇਹਦੇ ਪਿੱਛੇ ਗੋਲੀ ਚੱਲਣ ਦਾ। ਪੁਲਿਸ ਪੂਰੇ ਮਾਮਲੇ ਜਿਹੜੀ ਜਾਂਚ ਹਾਲੇ ਕਰ ਰਹੀ ਹੈ ਜੀ। ਜੀ ਨਰਿੰਦਰ ਜੀ, ਜਿਨ੍ਹਾਂ ਨੂੰ ਗੋਲੀ ਲੱਗੀ ਹੈ ਉਹ ਵਿਅਕਤੀ ਕੌਣ ਨੇ, ਮੁਲਾਜ਼ਮ ਨੇ ਕਿਤੇ? ਹਾਂਜੀ ਸੋਢੀ ਜੀ, ਜਿਨ੍ਹਾਂ ਨੂੰ ਗੋਲੀ ਲੱਗੀ ਹੈ ਉਹ ਵਿਅਕਤੀ ਮੁਲਾਜ਼ਮ ਨੇ ਹੈਗੇ, ਉਹ ਇੱਕ ਆਪਣਾ ਨਿਊਜ਼ ਪੇਪਰ ਦੇ ਪੱਤਰਕਾਰ ਨੇ ਜਿਨ੍ਹਾਂ ਨੂੰ ਗੋਲੀ ਲੱਗੀ ਹੈ ਜੀ। ਔਰ ਉਸ ਟਾਈਮ ਤੇ ਉੱਥੇ ਉਹ ਨੀਚੇ ਬੈਠ ਕੇ ਧੁੱਪ ਸੇਕ ਰਹੀ, ਦੈਨਿਕ ਜਾਗਰਣ, ਦੈਨਿਕ ਭਾਸਕਰ, ਪੰਜਾਬੀ ਟ੍ਰਿਬਿਊਨ ਦੇ ਵੀ ਆਫਿਸ ਹੈ, ਨਿਊਜ਼ ਪੇਪਰਾਂ ਦੇ ਵੀ ਆਫਿਸ ਹੈਗੇ ਨੇ, ਜਿਸ ਕਰਕੇ ਉੱਥੇ ਬਾਹਰ ਬੈਠ ਧੁੱਪ ਸੇਕ ਰਹੇ ਸੀ। ਔਰ ਜਦੋਂ ਅਚਾਨਕ ਗੋਲੀ ਚੱਲੀ ਹੈ ਤਾਂ ਉੱਥੇ ਅਫਰਾ ਤਫਰੀ ਦਾ ਜਿਹੜਾ ਮਾਹੌਲ ਜਿਹੜਾ ਬਣ ਗਿਆ ਸੀ, ਤੇ ਜਿਹੜੇ ਪੱਤਰਕਾਰਾਂ ਗੋਲੀ ਲੱਗੀ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ। ਜੀ ਨਰਿੰਦਰ ਜੀ, ਫਿਲਹਾਲ ਜ਼ਖਮੀਆਂ ਦੀ ਕੀ ਹਾਲਤ ਹੈ ਹੁਣ? ਹਾਂ ਦੇਖੋ ਜੀ, ਉਹਨਾਂ ਦੀ ਜਿਹੜੀ ਜ਼ਖਮੀਆਂ ਦੀ ਹਾਲਤ ਹੈ, ਜ਼ਖਮੀਆਂ ਦੀ ਹਾਲਤ ਅਸਲ ਜਿਹੜੀ ਖਤਰੇ ਤੋਂ ਬਾਹਰ ਹੈਗੀ ਆ, ਕਿਉਂਕਿ ਉਹਨਾਂ ਦੇ ਜਿਹੜੇ ਸ਼ਰੇ ਲੱਗੇ ਨੇ, ਸ਼ਰੇ ਲੱਗਣ ਦੇ ਨਾਲ ਕੋਈ ਜ਼ਿਆਦਾ ਉਹਨਾਂ ਦਾ ਨੁਕਸਾਨ ਨਹੀਂ ਹੋਇਆ, ਪਰ ਫਿਰ ਵੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆ ਕੇ ਜਿਹੜਾ ਉਹਨਾਂ ਦਾ ਇਲਾਜ ਚੱਲ ਰਿਹਾ ਜੀ। ਜੀ। ਜਦੋਂ ਅਸੀਂ ਇਸ ਸਾਰੇ ਮਾਮਲੇ ਬਾਰੇ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਹਾਲੇ ਤੱਕ ਸਾਡੇ ਕੋਲ ਜਿਹੜੀ ਪੁਲਿਸ ਦੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਬਾਈਟ ਨਹੀਂ, ਕਿਉਂਕਿ ਪੁਲਿਸ ਹਾਲੇ ਦੀ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ। ਪੁਲਿਸ ਦੇ ਅਧਿਕਾਰੀਆਂ ਜਿਹੜੇ ਮੀਡੀਆ ਨੂੰ ਅਸੀਂ ਇਹਦੇ ਬਾਰੇ ਸਾਰਾ ਕੁਝ ਦੱਸ ਪਾਵਾਂਗੇ ਜੀ। ਜੀ ਨਰਿੰਦਰ ਜੀ, ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਉਸ ਨਾਲ ਕੋਈ ਗੱਲਬਾਤ ਹੋ ਚੁੱਕੀ ਹੈ? ਹਾਂਜੀ ਬਿਲਕੁਲ ਜੀ, ਜਿਹੜੇ ਵਿਅਕਤੀ ਕੋਲੋਂ ਗੋਲੀ ਚੱਲੀ ਆ ਉਸਨੇ ਸਾਡੀ ਗੱਲ ਹੋਈ ਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਜਿਹੜੀ ਗੋਲੀ ਆ ਇਹ ਖਾਣਾ ਖਾ ਰਹੇ ਸੀ, ਖਾਣਾ ਖਾਂਦੇ ਖਾਂਦੇ ਜਿਹੜੀ ਸਾਡੀ ਆਪਣਾ ਬੰਦੂਕ ਹੈ ਨੀਚੇ ਡਿੱਗੀ ਆ, ਨੀਚੇ ਡਿੱਗਣ ਕਰਕੇ ਜਿਹੜੀ ਆ ਗੋਲੀ ਚੱਲ ਗਈ ਆ ਜੀ। ਬਾਕੀ ਜਿਹੜੀ ਆ ਬਾਕੀ ਸਾਰੇ ਜਿਹੜੇ ਮਾਮਲੇ ਜਾਂਚ ਪੁਲਿਸ ਕਰ ਰਹੀ ਹੈਗੀ ਆ, ਜਦੋਂ ਤੱਕ ਪੁਲਿਸ ਇਸ ਬਾਰੇ ਸਾਡੀ ਪੂਰੀ ਜਾਂਚ ਕਰਕੇ ਇਹਦਾ ਪੂਰਾ ਖੁਲਾਸਾ ਨਹੀਂ ਕਰ ਸਕਦੀ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਵੀ ਇਹ ਗੋਲੀ ਕਿੱਦਾਂ ਚੱਲੀ ਆ ਜੀ। ਨਰਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਵੀ ਜਾਣਕਾਰੀ ਦੇਣ ਲਈ ਜੀ। ਸਰ ਕੀ ਨਾਮ ਆਪਣਾ? ਸਰ ਗੁਰਮੇਸ਼। ਕਿੱਥੇ ਰਹਿੰਦੇ ਸਰ? ਰਹਿੰਦੇ ਤਾਂ ਜੀਰੇ ਤੋਂ, ਇੱਥੇ ਗਨਮੈਨ ਇੱਥੇ ਲੱਗਾ। ਕੀ ਕੰਮ ਕੀ ਕਰਦੇ ਸਰ? ਇਹ ਗਨਮੈਨ ਇਹਨਾਂ ਦਾ ਕੈਸ਼ ਤੇ। ਕਿਹੜੇ ਬੈਂਕ ਦੇ? ਆ ਬੈਂਕ ਆ ਦੂਜੇ ਆਪਣੀ ਇਹਨਾਂ ਠੇਕਾ ਹੀ ਆ ਸਾਡਾ ਹੀ ਆ ਉਹਦਾ। ਕੀ ਗੱਲ ਕੀ ਹੋਈ ਭਾਜੀ, ਕਿੱਦਾਂ ਹੋਇਆ ਕੰਮ ਹੈ? ਇਹ ਆ ਕੈਸ਼ ਹੀ ਪਾਉਣੇ ਆ ਏਟੀਐਮ ਆਈ ਤੋਂ, ਰਫਲ ਥੱਲੇ ਚੱਲ ਗਈ ਔਰ ਦੇਖ ਕੇ ਰੋਟੀ ਖਾਣ ਡਿਆ। ਰੋਟੀ ਖਾਣ ਡਿਆ, ਡੱਬਾ ਬੰਦ ਕਰਨ। ਕਿੰਨੇ ਬੰਦੇ ਜ਼ਖਮੀ ਹੋਏ? ਇੱਕ ਹੀ ਹੋਇਆ। ਸੋ ਦੋਸਤੋ, ਤੁਸੀਂ ਵੀ ਦੇਖਿਆ ਕਿ ਜਲੰਧਰ ਵਿਖੇ ਕਿਸ ਤਰ੍ਹਾਂ ਇੱਕ ਬੈਂਕ ਦੇ ਕਰਮਚਾਰੀ ਵੱਲੋਂ ਗੋਲੀ ਚਲਾਈ ਗਈ ਹੈ, ਤੇ ਇਸ ਗੋਲੀ ਚਲਾਉਣ ਦੌਰਾਨ ਕੁਝ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਵੀ ਕਰਵਾਇਆ ਗਿਆ। ਸੋ ਇਹ ਸੀ ਹੁਣ ਤੱਕ ਦੀ ਅਪਡੇਟਸ, ਨਵੀਆਂ ਅਤੇ ਤਾਜ਼ਾ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਧੰਨਵਾਦ।